ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ, ਤੁਸੀਂ ਵੇਖ ਰਹੇ ਹੋ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈੱਲ ਦਾ ਬਟਨ ਉਹ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਦੋਸਤਾਂ ਵੀਰਾਂ ਲਈ ਜਲਦੀ ਤੋਂ ਜਲਦੀ ਪਹੁੰਚ ਸਕੇ। ਦੋਸਤਾਂ ਲਈ ਦੋ ਮੱਝਾਂ ਲੈ ਕੇ ਆਇਆ, ਮਾਲਕ ਤੋਂ ਪੁੱਛਾਂਗੇ ਕਿਵੇਂ ਸੁਵੇ, ਕੀ ਇਹਨਾਂ ਦਾ ਹਿਸਾਬ ਕਿਤਾਬ ਹੈ। ਮੇਰਾ ਕੈਮਰਾਮੈਨ ਦਿਖਾਉਂਦਾ, ਦਿਖਾ ਆ ਮੋਬਾਈਲ ਮੈਂ ਨਾ ਮੈਨੂੰ ਦੇ। ਕਾਲੀਆਂ ਅੱਖਾਂ ਨੇ, ਚੂਰਕੁੰਡੇ ਸਿੰਘ ਨੇ, ਥੋੜ੍ਹੀ ਫੁੱਲੀ ਸਫੈਦ ਹੈ। ਦੂਸਰੀ ਪਛਾਣ ਤੁਸੀਂ ਕਰਨੀ ਹੈ। ਮਾਸ਼ਾਅੱਲਾ, ਥਣ ਥੁਣ ਚੰਗਾ ਲੱਗਿਆ ਮੈਨੂੰ। ਘਰ ਦੇ ਵਿੱਚ ਖੜੀਆਂ ਨੇ, ਵਪਾਰ ਦੀਆਂ ਮੱਝਾਂ ਨਹੀਂ ਹੈਗੀਆਂ, ਘਰ ਦਾ ਵੀ ਤੁਹਾਨੂੰ ਸਿਸਟਮ ਦਿਖਾ ਦਿੰਦੇ ਹਾਂ। ਹੱਕਰ ਮਾਲੀ, ਪਤਲੀ ਮੱਝ ਬਿਲਕੁਲ ਬਰੀਕ। ਇਹਦੇ ਮਗਰ ਕੀ ਹੈ ਜੀ? ਇਹਦੇ ਮਗਰ ਕੱਟਾ ਕੱਟਾ ਮਾਸ਼ਾਅੱਲਾ ਪਲਵਾਨ ਹੈ ਯਾਰ। ਕਿੰਨੇ ਕੁ ਦਿਨ ਹੋ ਗਿਆ ਸੂਈ ਨੂੰ? ਦੁੱਧ ਦੁੱਧ ਮਾਸ਼ਾਅੱਲਾ ਵਾਹਵਾ ਛੱਡਦੇ ਮੈਨੂੰ ਲੱਗਦਾ। ਕਿੰਨੇ ਕੁ ਦਿਨ ਹੋ ਗਿਆ ਲੱਗਦਾ ਸੂਈ ਨੂੰ? ਚਾਰ ਦੰਦ ਕੱਢੀ ਖੜਾ ਹੈ ਮਾਸ਼ਾਅੱਲਾ। ਸੋਹਣਾ ਕੱਟਾ ਕੱਟਾ ਸੋਹਣਾ। ਮੱਝ ਵੀ ਦੋਸਤਾਂ ਨੂੰ ਉਮੀਦ ਕਰਨਾ ਪਸੰਦ ਆਵੇ ਕਿ ਦੂਜੀ ਮੱਝ ਨੰਬਰ ਦੋ ਦਿਖਾਓ ਯਾਰ, ਉਹਨੂੰ ਲਿਆ ਖੋਲਦੇ ਆ। ਚੂਰਕੁੰਡੇ ਸਿੰਘ ਨੇ ਇੱਕ ਅੱਖ ਸਫੈਦ ਹੈ। ਚੂਰਕੁੰਡੇ ਸਿੰਘ ਨੇ ਇੱਕ ਅੱਖ ਸਫੈਦ ਹੈ, ਇੱਕ ਕਾਲੀ ਹੈ। ਦੂਸਰੀ ਪਛਾਣ ਤੁਸੀਂ ਦੋਸਤੋ ਕਰਨੀ, ਤਿੰਨ ਸ਼ਾਲਾ ਮੈਂ ਦਿਖਾ ਦਿੱਤੀਆਂ। ਉਮੀਦ ਕਰਨਾ ਪਸੰਦ ਆਉਂਦੀਆਂ, ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ। ਦੂਜੀਆਂ ਗੱਲਾਂ ਮਾਲਕ ਤੋਂ ਪੁੱਛ ਲੈਣੇ। ਚੱਲ ਆ ਜਾ ਮੀਆਂ ਸਾਹਿਬ, ਮੱਝਾਂ ਨੂੰ ਨਹੀਂ ਆਖੀਂਦਾ ਵਿਚੂੜੇ ਲੈਣ। ਪਿੱਛੋਂ ਤੁਹਾਡੇ ਤੋਂ ਡਰੀ ਜਾਂਦੀ, ਟੀਕੇ ਡਾਕਟਰਾਂ ਤੋਂ ਡਰਦੀ। ਅੱਛਾ, ਸਲਾਮ ਅਲੈਕੁਮ। ਵਾਲੇਕੁਮ ਸਲਾਮ, ਕੀ ਹਾਲ ਚਾਲ? ਠੀਕ, ਅੱਲਾ ਦਾ ਸ਼ੁਕਰ ਜੀ। ਥੋੜਾ ਜਿਹਾ ਇਹਨੂੰ ਹੋ ਗਿਆ ਖਲੋ, ਡਰਦਾ ਕਿਉਂ? ਡਰ ਕਿਹੜਾ ਪੁਲਿਸ ਪੈਂਦੀ ਹੈ, ਅਸੀਂ ਕਿਹੜਾ ਖੋ ਲੈਣੀਆਂ ਨੇ ਯਾਰ। ਹਾਂਜੀ, ਅੱਛਾ ਕਿਹੜੀ ਮਾਝ ਨੰਬਰ ਆਪਾਂ ਇੱਕ ਦਿਖਾਈਏ। ਹਾਂਜੀ, ਆ ਵੱਡੇ ਬੱਚੇ ਵਾਲੀ, ਕਿੰਨੇ ਦਿਨ ਹੋ ਗਿਆ ਸੂਈ ਨੂੰ?
ਇਹਦੇ ਕੋਲ 20-22 ਦਿਨ ਹੋ ਗਏ ਸੂਈ ਨੂੰ। 20-22 ਦਿਨ? ਹਾਂਜੀ। ਅੱਛਾ, ਇਹਨੂੰ ਦੁੱਧ ਕਿੰਨਾ ਕਰ ਰਹੀ ਹੈ? ਦੁੱਧ ਹੈਗਾ 12-13 ਕਿਲੋ। 12-13 ਕਿਲੋ। ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ ਹੈ? ਇਹ 2,20,000 ਰੁਪਈਆ। ਇਹਦੇ ਕੋਈ ਪਿਆਰ ਮੁਹੱਬਤ ਮੈਂ ਕਰਾਉਂਦਾ ਹੁੰਦਾ? ਪਿਆਰ ਮੁਹੱਬਤ ਕੋਈ ਨਹੀਂ, ਜਿਹੜਾ ਲੈਣੇ ਉਹ ਹੀ ਦੱਸੇ, ਕਿਹੜਾ ਵੱਧ ਦੱਸੇ। ਮੱਝ ਦਾ ਵੇਖ ਮੈਂ ਕਿਰਾਇਆ ਭਾੜਾ ਛੁਡਾਵਾਂਗਾ, ਛੁਡਵਾਉਣ ਦਾ ਵੀ ਹੁੰਦਾ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਪਿਆਰ ਮੁਹੱਬਤ ਕਰਾਉਣ ਵਾਲਾ, ਠੀਕ ਹੈ ਨਾ? ਅਤੇ ਦੂਜੀ ਮੱਝ ਕਿਹੜੀ ਆਪਾਂ ਦਿਖਾਈਏ? ਉਹ ਝੋਟੀ ਦਾ ਹੈਗਾ 2,10,000 ਰੁਪਈਆ ਦੂਜੇ ਸੂਏ। ਦੂਜੇ ਸੂਏ 2,10,000 ਰੁਪਈਆ? ਉਹਦੇ 'ਚ ਮੈਂ ਪਿਆਰ ਮੁਹੱਬਤ ਕਰਾਉਣਾ, ਠੀਕ ਹੈ ਨਾ? ਕਿਰਾਇਆ ਭਾੜਾ ਮੈਂ ਛੁਡਾਉਣਾ ਹੁੰਦਾ, ਕਰੋਗੇ ਨਾ? ਕਰ ਲਾਂਗੇ ਜੀ। ਤਾਂ ਫਿਰ ਦੁੱਧ ਕਿੰਨਾ ਹੁੰਦਾ ਦੱਸਿਆ? ਉਹਦਾ ਦੁੱਧ ਹੈਗਾ 10 ਕਿਲੋ, ਇਹਦਾ 12-13 ਕਿਲੋ। ਉਹਦਾ 10 ਕਿਲੋ। ਉਹ 3-4 ਦਿਨ ਹੋ ਗਏ ਸੂਈ ਨੂੰ। 3-4 ਦਿਨ ਹੋ ਗਿਆ ਸੂਈ ਨੂੰ, ਠੀਕ। ਔਰ ਨਿੱਕਾ ਜਿਹਾ ਉਹਦਾ ਬੱਚਾ ਬੈਠਾ ਵੀ ਦਿਸੀ ਜਾਂਦਾ। ਅੱਛਾ, 4 ਦਿਨਾਂ ਦੀ ਸੂਈ ਛੋਟੀ ਹੈ ਜੀ। 4 ਦਿਨਾਂ ਦੀ ਸੂਈ ਹੈ। ਚਲੋ, ਆਪਣਾ ਨੰਬਰ ਦੱਸ ਦੇ ਯਾਰ। 0306-7459-138। ਦੁਬਾਰਾ ਫਿਰ ਦੱਸ। 0306-7459-138। ਤਹਿਸੀਲ? ਤਹਿਸੀਲ ਆਰਫਵਾਲਾ, ਜ਼ਿਲ੍ਹਾ ਪਾਕਪਤਨ। ਚੱਕ? 72EB। 72EB, ਠੀਕ ਹੈ। ਉਮੀਦ ਕਰਨਾ ਅੱਜ ਦੀ ਦੋਸਤਾਂ ਨੂੰ ਪਸੰਦ ਆਏਗੀ ਵੀਡੀਓ। ਲਾਈਕ ਵੀ ਕਰੋਗੇ, ਸ਼ੇਅਰ ਵੀ ਕਰੋਗੇ। ਇਜਾਜ਼ਤ ਦਿਓ, ਮਿਲਣੇ ਅਗਲੀ ਵੀਡੀਓ 'ਤੇ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਜ਼। ਮੇਰਾ ਫੋਨ ਨੰਬਰ 0344-69-76-76, ਵਟਸਐਪ ਨੰਬਰ ਵੀ ਹੈ, ਮੇਰਾ ਈਮੇਲ ਨੰਬਰ ਵੀ ਹੈ। ਕੋਈ ਦੋਸਤ ਭਾਈ ਹੋਰਾਂ ਨਾਲ ਰਾਬਤਾ ਕਰਨਾ ਚਾਹੇ, ਭਾਈ ਹੋਰਾਂ ਨਾਲ ਕਰ ਸਕੇ, ਮੇਰੇ ਨਾਲ ਕਰਨਾ ਚਾਹੇ ਤਾਂ ਮੇਰੇ ਨਾਲ ਕਰ ਸਕਦਾ। ਇਨਸ਼ਾਅੱਲਾ ਆਪਾਂ ਪਿਆਰ ਮੁਹੱਬਤ ਕਰਾ ਲਾਂਗੇ। ਇਜਾਜ਼ਤ ਦਿਓ, ਮਿਲਣੇ ਅਗਲੀ ਵੀਡੀਓ 'ਤੇ। ਪਾਕਿਸਤਾਨ ਜ਼ਿੰਦਾਬਾਦ, ਅੱਲਾ ਹਾਫਜ਼।